ਪੰਜਾਬ 'ਚ ਇੰਟਰਨੈਟ ਹੋਇਆ ਬੰਦ। ਘਰ ਤੋਂ ਦੂਰ ਜਾ ਕੇ ਕਰ ਰਹੇ ਨੌਜਵਾਨ ਕੰਮ। ਜਿੱਥੇ ਚੱਲ ਰਿਹਾ ਨੈੱਟ ਉੱਥੇ ਲੱਗਿਆ ਲੋਕਾਂ ਦਾ ਮੇਲਾ। ਦੇਖੋ ਕਿੰਨੇ ਕੁ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕ। ਇੰਟਰਨੈਟ ਬੰਦ ਹੋਣ ਕਰਕੇ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ, ਗੱਲਬਾਤ ਵੀ ਕਰਦੇ ਹਾਂ। ਇੱਥੇ ਵਪਾਰੀਆਂ ਦਾ ਕੰਮ ਪ੍ਰਭਾਵਿਤ ਹੋਇਆ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਜਿਹੜੇ ਉਦਯੋਗਪਤੀ ਹੈ ਜਾਂ ਸੈਰ ਦੇ ਕਾਰੋਬਾਰ ਕਰਨ ਵਾਲੇ, ਕੋਈ ਕੈਫੇ ਚਲਾ ਰਿਹਾ, ਸਭ ਦਾ ਕੰਮ ਪ੍ਰਭਾਵਿਤ ਹੋਇਆ। ਡਾਕਟਰ ਸਾਹਿਬ, ਤੁਹਾਨੂੰ ਇੱਥੇ 3 ਕਿਲੋਮੀਟਰ ਆਉਣਾ ਪੈ ਰਿਹਾ, ਕੀ ਸੈਰ ਕੇ ਵੀ ਬਲਾ ਰਹੇ ਇੰਟਰਨੈਟ ਦੇ? ਅਸੀਂ ਬਿਜ਼ਨਸ ਮੈਡੀਸਨ ਦਾ ਬਿਜ਼ਨਸ ਕਰਦੇ ਹਾਂ, ਸਾਨੂੰ ਈਵੇ ਬਿੱਲ ਭਰਨ 'ਚ ਬੜੀ ਦਿੱਕਤ ਆ ਰਹੀ ਹੈ। ਇੱਥੇ ਨੈੱਟ ਚੱਲ ਨਹੀਂ ਰਿਹਾ, ਬਾਕੀ ਸਾਰੇ ਪੰਜਾਬ 'ਚ ਚੱਲ ਰਿਹਾ, ਜਦਕਿ ਪਿੰਡਾਂ 'ਚ ਨੈੱਟ ਦੀ ਬੰਦ ਕਰਨ ਦੀ ਜ਼ਰੂਰਤ ਸੀ, ਪਰ ਸਰਕਾਰ ਨੇ ਇੱਥੇ ਸਾਡੇ ਸਮਾਣੇ ਲੋਕਲ ਨੈੱਟ ਬੰਦ ਕਰਤਾ। ਸਮਾਣੇ ਦੇ ਨਾਲ ਪਾਤੜਾ, ਮੁਨਕ, ਖਨੌਰੀ, ਸਾਰੇ ਕਸਬਿਆਂ ਦੇ ਵਿੱਚ, ਸਾਰੇ ਕਸਬਿਆਂ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਸੀ ਉੱਥੇ ਨੈੱਟ ਬੰਦ ਨਹੀਂ ਕੀਤਾ, ਸਾਡੇ ਸਾਰੇ ਸੈਰ ਸਮਾਣੇ ਦੇ ਲੋਕਲ ਦੇ ਵਿੱਚ ਨੈੱਟ ਬੰਦ ਕਰਤਾ। ਸਾਨੂੰ ਨੈੱਟ ਦੀ ਰਿਟਰਨਾਂ ਭਰਨੀਆਂ ਨੇ, ਸੇਲ ਟੈਕਸ ਦੀਆਂ ਡੇਟ ਆ ਗਈ, ਉਹਨਾਂ ਦੀ 20 ਤਰੀਕ ਲਾਸਟ ਡੇਟ ਹੈ, ਪਰ ਇੱਥੇ ਨੈੱਟ ਚੱਲ ਨਹੀਂ ਰਿਹਾ। ਸਾਨੂੰ ਇੱਥੇ 3 ਕਿਲੋਮੀਟਰ ਦੂਰ ਇੱਥੇ ਆ ਕੇ ਹੁਣ ਅਸੀਂ ਈਵੇ ਬਿੱਲ ਭਰਨਾ ਸੀਗਾ। ਡਿਜੀਟਲ ਪੇਮੈਂਟ ਹੁੰਦੀ ਹੈ, ਕੋਈ ਪੈਸੇ ਲੈ ਕੇ ਵੀ ਨਹੀਂ ਆਉਂਦਾ, ਉਹ ਕਿਸ ਤਰ੍ਹਾਂ? ਅਸੀਂ ਇੱਥੇ ਲੈਪਟਾਪ ਲੈ ਕੇ ਆਇਆ ਅਤੇ ਮੈਂ ਇੱਥੇ ਆ ਕੇ ਨੈੱਟ ਬੈਂਕਿੰਗ ਰਾਹੀਂ ਪੇਮੈਂਟ ਟ੍ਰਾਂਸਫਰ ਕਰਨੀਆਂ ਨੇ, ਨਹੀਂ ਤਾਂ ਸਾਨੂੰ ਕੰਪਨੀਆਂ ਨੇ ਦਵਾਈਆਂ ਨਹੀਂ ਭੇਜਣੀਆਂ, ਜਿਹਦੇ ਕਰਕੇ ਜਨਤਾ ਪਰੇਸ਼ਾਨ ਹੋਏਗੀ। ਤੁਸੀਂ ਦੇਖਿਆ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ, ਇਹ ਨੌਜਵਾਨ ਬੱਚੇ ਵੀ ਹੈ ਔਰ ਜਿਹੜੇ ਵੀ ਮਰ ਆ ਰਹੇ, ਹਰੇਕ ਨੂੰ ਮਤਲਬ ਇੰਟਰਨੈਟ ਦੀ ਜ਼ਰੂਰਤ ਹੈ। ਅੱਜ ਕੱਲ੍ਹ ਬਿਨਾਂ ਇੰਟਰਨੈਟ ਦੇ ਕੋਈ ਕੰਮ ਨਹੀਂ ਚੱਲਦਾ। ਇਹ ਦੇਖੋ 3 ਨੌਜਵਾਨ ਵੀ ਹਾਂ, ਕੀ ਨਾਮ ਤੁਹਾਡਾ? ਸਰ ਹਰੀ। ਹਾਂ, ਕੀ ਮੁਸ਼ਕਿਲ ਆ ਰਹੀ ਹੈ? ਮੁਸ਼ਕਿਲ ਸਰ, ਪਿੰਡਾਂ 'ਚ ਨੈਟਿੰਗ ਨਹੀਂ ਚੱਲ ਰਿਹਾ, ਤੁਹਾਡੇ ਸਮਾਣੇ 'ਚ ਚੱਲ ਰਿਹਾ ਜੀ? ਇਹੀ ਏਰੀਆ 'ਚ ਨੈੱਟ ਚੱਲ ਰਿਹਾ? ਹਾਂ, ਵੀ ਸਮਾਣਾ ਕਿਹੜਾ ਏਰੀਆ, ਵੀ ਇੱਥੇ ਨੈੱਟ ਚੱਲ ਰਿਹਾ, ਬਾਕੀ ਏਰੀਆ 'ਚ ਨਹੀਂ ਚੱਲ ਰਿਹਾ? ਇਹ ਥੋੜਾ ਸਾਹਿਬ ਜੀ, ਹਾਂਜੀ, ਬੋਆਏ ਸਕੂਲ ਜੀ। ਹਾਂਜੀ, ਤੇ ਹੁਣ ਜਿਹੜੇ ਬੱਚੇ ਦੀ ਪੜ੍ਹਾਈ ਹੈ, ਮਤਲਬ ਬਹੁਤ ਮੁਸ਼ਕਿਲ ਹੈ ਜੀ, ਆਨਲਾਈਨ ਸਭ ਕੁਝ ਚੱਲ ਰਿਹਾ ਜੀ ਅੱਜ ਕੱਲ੍ਹ। ਹਾਂਜੀ, ਦੇਖੋ ਉਹ ਬੱਚੇ ਖੜੇ ਹੈ ਛੋਟੇ, ਉਹ 8ਵੀਂ 'ਚ ਬੱਚੀ ਪੜ੍ਹ ਰਹੀ ਹੈ, 8ਵੀਂ ਕਲਾਸ 'ਚ ਪੜ੍ਹਨ ਵਾਲੀ, ਉਸਕੇ ਪਿਤਾ ਜੀ ਨਾਲ ਵੀ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਫਾਦਰ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਬੱਚਿਆਂ ਨੂੰ ਲੈ ਕੇ ਇੱਥੇ, ਉਹਦੇ ਫਾਦਰ ਸਾਹਿਬ ਬੱਚਿਆਂ ਨੂੰ ਲੈ ਕੇ ਇੱਥੇ ਥੋੜਾ ਸਾਹਿਬ ਸਮਾਣਾ ਦੇ ਕੋਲ ਪਹੁੰਚੇ ਹੈ। ਸਰ, ਕੀ ਨਾਮ ਆਪਦਾ? ਸਰ, ਮੇਰਾ ਨਾਮ ਵਿਸ਼ਾਲ ਹੈ ਜੀ। ਹਾਂ ਵਿਸ਼ਾਲ ਜੀ, ਬੱਚਿਆਂ ਨੂੰ ਤੁਸੀਂ ਇੱਥੇ ਲੈ ਕੇ ਆਏ ਹੋ, ਕੀ ਮੁਸ਼ਕਿਲ ਹੈ? ਸਰ, ਇਹਨਾਂ ਨੇ ਆਪਣਾ ਮਟੀਰੀਅਲ ਪੇਪਰ ਦਾ ਡਾਊਨਲੋਡ ਕਰਨਾ ਹੈ, ਜਿਵੇਂ ਕੁੜੀਆਂ ਦਾ SST ਦਾ ਪੇਪਰ ਹੈ, 8th ਕਲਾਸ ਦੇ ਵਿੱਚ ਪੜ੍ਹਦੀ ਹੈ ਜੀ, ਤੇ ਉਹਨੂੰ ਬਹੁਤ ਜ਼ਿਆਦਾ ਪੜ੍ਹਾਈ 'ਚ ਦਿੱਕਤ ਆ ਰਹੀ ਹੈ, ਕਈ ਟੌਪਿਕ ਮਤਲਬ ਬੁੱਕ ਦੇ ਵਿੱਚ ਨਹੀਂ ਮਿਲਦੇ, ਜਿਵੇਂ ਪਹਿਲਾਂ ਵੀ YouTube ਵਗੈਰਾ 'ਤੇ ਕਰਦੀ ਹੁੰਦੀ ਸੀ, ਪਤਾ ਨਹੀਂ ਸੀ ਵੀ ਨੈੱਟ ਬੰਦ ਹੋ ਜਾਏਗਾ, ਇਸ ਕਰਕੇ ਉਹਨੇ ਡਾਊਨਲੋਡ ਕੀਤਾ ਨਹੀਂ, ਪਰ ਹੁਣ ਜਿਵੇਂ 4 ਦਿਨਾਂ ਤੋਂ ਨੈੱਟ ਬਿਲਕੁਲ ਹੀ ਬੰਦ ਹੈ। 4 ਦਿਨ ਹੋ ਗਏ? ਹਾਂਜੀ ਹਾਂਜੀ, ਤੇ ਬਸ ਇਸ ਕਰਕੇ ਇਹੀ ਸੀ ਵੀ ਚਲੋ ਮਟੀਰੀਅਲ ਡਾਊਨਲੋਡ ਕਰ ਲਈਏ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਵੀ ਸ਼ਹਿਰੀ ਇਲਾਕੇ ਦੇ ਵਿੱਚ ਨੈੱਟ ਜ਼ਰੂਰਤ ਲਈ? ਹਾਂਜੀ ਸਰ, ਸਾਰਾ ਚਲਾ ਦੇਣਾ ਚਾਹੀਦਾ ਤਾਂ ਕਿ ਪੇਪਰਾਂ ਦਾ ਟਾਈਮ ਹੈ, ਤੇ ਉਹ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਨਿਊਜ਼ ਪੇਪਰ, ਨਿਊਜ਼ ਸਾਰੇ ਬੰਦੇ ਹੁਣ ਨਿਊਜ਼ 'ਚ ਹੀ ਦੇਖਦੇ ਨੇ ਔਨਲਾਈਨ, ਤੇ ਹੋਰ ਵੀ ਜਿਵੇਂ ਆਪਣੀ ਬੈਂਕਿੰਗ ਐਪ ਨੇ ਉਹ ਨੈੱਟ ਤੇ ਚੱਲਦੇ ਨੇ, ਉਹ ਵੀ ਪ੍ਰਭਾਵ। ਬੁੜੀਆ, ਤੁਸੀਂ ਕਿਹੜੀ ਕਲਾਸ 'ਚ ਪੜ੍ਹ ਰਹੇ ਬੇਟਾ? ਮੈਂ 8th ਕਲਾਸ ਵਿੱਚ। 8th 'ਚ ਪੜ੍ਹ ਰਹੇ ਹੋ, ਤੇ ਕੀ ਮੁਸ਼ਕਿਲ ਆ ਰਹੀ ਹੈ ਜਿਸ ਤੇ ਤੁਹਾਡੀ ਪੜ੍ਹਾਈ ਚੱਲ ਰਹੀ ਹੈ? CBSE ਦੀ ਪ੍ਰੀਖਿਆ ਹੈ ਤੁਹਾਡੀ? ਮਤਲਬ ਨਾ, ਮੇਰੀ ਆਦਤ ਹੈ ਕਿ ਮੈਂ ਯੂਟਿਊਬ 'ਚ ਪੜ੍ਹਤੀ ਹੂੰ, ਤੋ ਇਸ ਲਈ ਅਬ ਦਿੱਕਤ ਆ ਰਹੀ ਹੈ ਥੋੜ੍ਹੀ ਕਿ ਕੈਸੇ ਕਰੂੰ, ਤੋ ਇਸ ਲਈ ਬਸ। ਨੈੱਟ ਬੰਦ ਹੈ ਤੋ ਹੈ ਮੁਸ਼ਕਿਲ? ਬਹੁਤ ਹੈ। ਪਹਿਲੇ ਘਰ ਮੇ ਬੈਠੇ ਕਰਤੇ ਥੇ? ਅਬ ਵੀ ਘਰ ਪੇ ਕਰ ਰਹੀ ਹੂੰ, ਪਰ ਫੋਨ ਸੇ ਅੱਛਾ ਹੋ ਜਾਤਾ ਥਾ ਇਸ ਲਈ। ਦੇਖੋ, ਇਹ ਵਿਦਿਆਰਥਨ ਸੀ ਜਿਹਨੇ ਜਾਣਕਾਰੀ ਦਿੱਤੀ ਕਿ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਪੜ੍ਹਾਈ ਪ੍ਰਭਾਵਿਤ ਕਿਉਂਕਿ ਅੱਜ ਕੱਲ੍ਹ ਸਾਰਾ ਔਨਲਾਈਨ ਹੈ, ਬੱਚਾ ਯੂਟਿਊਬ ਕੇ ਰਹੀਂ ਜਾਂ ਕੋਈ ਵੀ ਚੈਪਟਰ ਕੋਈ ਚੀਜ਼ ਲੱਭਣੀ ਹੋਵੇ ਗੂਗਲ 'ਤੇ ਲੱਭ ਲੈਂਦਾ ਹੈ, ਲੇਕਿਨ ਇੰਟਰਨੈਟ ਔਰ ਬ੍ਰੋਡਬੈਂਡ ਸੇਵਾ ਬੰਦ ਹੋਣ ਨਾਲ 3 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਲੋਕ ਮੁਸ਼ਕਲ ਦਾ ਸਾਹਮਣਾ ਕਰ ਰਹੇ। ਲੋਕਾਂ ਨੇ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ, ਦੂਰਸੰਚਾਰ ਵਿਭਾਗ ਤੋਂ, ਵੀ ਇਸ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਸੇਵਾ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਅਤੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।